ਤੇ ਪਿੰਡ ਵਾਲਿਆਂ ਨੇ ਤੁਹਾਨੂੰ ਦਵਾਈ ਵਾਂਗੂ ਕੁੱਟ ਕੇ ਘੱਲ ਦਿੱਤਾ ਏ ਤੇ ਤੁਹਾਨੂੰ ਜੰਜ ਨਹੀਂ ਲੁੱਟਣ ਦਿੱਤੀ ਨਾ ਹੀ ਕੋਈ ਵੇਲ ਲੁੱਟਣ ਦਿੱਤੀ। ਉੱਤੋਂ ਤੁਹਾਨੂੰ ਇਹ ਧਮਕੀ ਲਾ ਕੇ ਘੱਲ ਦਿੱਤੀ ਕਿ ਨੂਰੀ ਨੂੰ ਜਾ ਕੇ ਕਹਿ ਦਿਓ ਕਿ ਅੱਜ ਤੋਂ ਬਾਅਦ ਅਸੀਂ ਉਹਨੂੰ ਪਿੰਡ ਦੇ ਵਿੱਚੋਂ ਗੁੱਡੀ ਵੀ ਨਹੀਂ ਲੁੱਟਣ ਦੇਣੀ। ਤੇ ਤੁਸੀਂ ਉਹਨਾਂ ਦੀ ਗੱਲ ਤੋਂ ਸੈਟ ਅਪ ਸਫਾਈ ਹੋ ਕੇ ਆ ਗਏ। ਬੋਲਦੇ ਨਹੀਂ ਬੰਬ ਜੋਗਿਓ, ਦੂੰਦੇ ਹੋ ਤੇ ਜੋਗਿਓ, ਤਨਖਾਹ ਤੇ ਤੁਸੀਂ 21 ਤਰੀਕ ਨੂੰ ਹੀ ਮੰਗ ਲੈਂਦੇ ਹੋ। ਤੁਹਾਡੇ ਮਰਜਣ ਸਾਈ ਨੌਨਸੈਂਸ। ਤੁਸੀਂ ਇਹ ਸੋਚ ਕੇ ਆ ਗਏ ਹੋਣੇ ਆ ਕਿ ਭਾਈ ਨੂਰੀ ਦੀ ਕੋਈ ਸ਼ੂਗਰ ਮਿਲ ਵੀ ਏ। ਓਏ ਭਾਈ ਨੂੰ ਕੱਲੀ ਸ਼ੂਗਰ ਏ ਤੇ ਤੁਸੀਂ ਉਹ ਵੀ ਵਧਾ ਦਿੱਤੀ ਏ। ਓਏ ਪੱਪਿਆ ਜੀ ਸਰਕਾਰ, ਯਾਦ ਕਰ ਜਦੋਂ ਆਪਾਂ ਦੋਵਾਂ ਨੇ ਜੰਜ ਲੁੱਟੀ ਸੀ। ਹਾਂਜੀ ਹਾਂਜੀ, ਉਹ ਸ਼ੇਖਾਂ ਦਾ ਵਿਆਹ ਸੁਣਿਆ ਜੀ, ਅਸੀਂ ਤੇ ਚਮੋਟਿਆਂ ਨਾਲ ਜੰਜ ਲੁੱਟ ਲਈ ਸੀ। ਤੁਹਾਡੇ ਕੋਲ ਤੇ ਪਿਸਤੌਲਾਂ ਸਨ। ਜੱਗ ਜਾਂਦਾ ਏ ਜਦੋਂ ਇੱਥੋਂ 50 ਮੀਲ ਦੂਰ ਕੋਈ ਕਾਕਾ ਰੋਂਦਾ ਏ ਤੇ ਚੁੱਪ ਨਹੀਂ ਕਰਦਾ। ਫਿਰ ਮਾਂ ਉਹਨੂੰ ਕਹਿੰਦੀ ਕਿ ਚੁੱਪ ਕਰ ਜਾ, ਨੂਰੀ ਪਕਾਨੇ ਵਾਲਾ ਆਉਂਦਾ ਈ ਹੁਣ। ਜਦੋਂ ਨੂਰੀ ਦੀ ਇੰਨੀ ਦਹਿਸ਼ਤ ਏ ਤੇ ਉਹਦੇ ਬੰਦੇ ਜੰਜ ਲੁੱਟਣ ਜਾਣ ਤੇ ਰੋਟੀ ਦੀ ਜਗ੍ਹਾ ਛਿੱਤਰ ਖਾ ਕੇ ਆ ਜਾਣ, ਇਹਦੀ ਸਜ਼ਾ ਮਿਲੇਗੀ ਤੇ ਇਸੇ ਟਾਈਮ ਮਿਲੇਗੀ। ਗੁਰਬਤ ਦੀ ਵਜ੍ਹਾ ਤੋਂ ਇਸ ਪਿਸਤੌਲ ਦੇ ਵਿੱਚ ਸਿਰਫ 3 ਗੋਲੀਆਂ ਨੇ। ਬਚ ਗਏ ਪੈਸੇ। ਪੰਦਰਾਂ ਰੁਪਏ ਹੋਰ ਬਚ ਗਏ। ਤੇਰੇ 15 ਵੀ ਬਚ ਗਏ ਤੇ ਅੱਜ ਗੋਸ਼ਤ ਪਕਾ ਲਾਂਗੀ। ਸਰਦਾਰ ਤੂੰ ਮੇਰੇ ਕੋ 10 ਲੈ ਕੇ ਹਾਂਡੀ ਚ ਪਾ ਲਾ, ਰਿਸਕ ਨਾ ਲੈ। ਉਸ 10 ਦੀ ਤੂੰ ਫਰਿਸ਼ਤਿਆਂ ਨੂੰ ਚਾਹ ਪਿਆ ਦੇ। ਹਾਲਾਤ ਹੀ ਖਰਾਬ ਆ ਸਰਦਾਰ, ਹਾਲਾਤ ਨਹੀਂ ਤੇਰੀ ਪਿਸਤੌਲ ਵੀ ਖਰਾਬ ਆ। ਕਿਹੜਾ ਸੀ? ਉਸਤਾਦ ਅਜ਼ੀਜ਼ੀ ਸੀ। ਇਹਨੂੰ ਥੱਲੇ ਲੈ ਆਓ। ਮੈਂ ਨਹੀਂ ਥੱਲੇ ਆਉਣਾ, ਮੈਂ ਮਹਿੰਗਾਈ ਆ।